ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਜੋਤ ਪਰਮਾਰ ਦੋਸਤੋ ਅੱਜ ਵੀਡੀਓ ਵਿੱਚ ਲੈ ਕੇ ਆਏ ਹਾਂ ਜੀ ਸ਼੍ਰੇਣੀ 11ਵੀਂ ਦਾ ਸਰੇਰਿਕ ਸਿੱਖਿਆ ਦਾ ਪੇਪਰ ਜੋ ਗੈਟਾਰਮ 2024 ਦਾ ਵਾ ਚਲੋ ਕਰਦੇ ਹਾਂ ਜੀ ਵੀਡੀਓ ਸਟਾਰਟ ਤਿੰਨ ਘੰਟੇ ਹੋਣਗੇ ਜੀ ਤੁਹਾਨੂੰ ਪੇਪਰ ਨੂੰ ਚਲੋ 2 ਘੰਟੇ ਮੰਨ ਲਓ ਤੇ 50 ਨੰਬਰਾਂ ਦਾ ਹੋਗਾ ਜੀ ਤੁਹਾਡਾ ਪੇਪਰ ਸਭ ਤੋਂ ਪਹਿਲਾਂ ਆਜੂਗਾ ਜੀ ਵਸਤੂ ਨਿਸ਼ਟ ਕੁਐਸਚਨ ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਪਹਿਲਾ ਹੈਗਾ ਜੀ ਯੋਗ ਤੋਂ ਯੋਗ ਦਾ ਕੀ ਅਰਥ ਹੈ ਚੈੱਕ ਆਊਟ ਕਰ ਲਿਓ ਠੀਕ ਹੈ ਸੋ ਮੇਰ ਕੋ ਹੈ ਨਹੀਂ ਯਾਰ ਫਿਜ਼ੀਕਲ ਸੋ ਮੈਂ ਤੁਹਾਨੂੰ ਨਹੀਂ ਤਾਂ ਸਾਰੇ ਕਰਾ ਦਿੰਦਾ ਠੀਕ ਹੈ ਸਰੀਰਿਕ ਸਿੱਖਿਆ ਦਾ ਟੀਚਾ ਕੀ ਆ ਠੀਕ ਹੈ ਸਰੀਰਿਕ ਸਿੱਖਿਆ ਦਾ ਟੀਚਾ ਕੀ ਆ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਸਰੀਰ ਨੂੰ ਫਿੱਟ ਰੱਖਣਾ ਵਸਟਰਨਿਸਟ ਕਰੋਸ਼ਨਾ ਸੋ ਇੱਕ ਇੱਕ ਦੋ ਨੰਬਰਾਂ ਦੀ ਇਹ ਲਾਈਨ ਦਾ ਹੋਊਗਾ ਸੋ ਭਾਰਤੀ ਲੋਕਾਂ ਦੀ ਕਸਰਤ ਕਰਨ ਦੀ ਸਭ ਤੋਂ ਪੁਰਾਣੀ ਵਿਧੀ ਕਿਹੜੀ ਸੀ ਕਿਹੜੀ ਹੈ ਠੀਕ ਹੈ ਸੋ ਕਿਹੜੀ ਆ ਦੱਸ ਦੇਣੀ ਆ ਨਸ਼ਾ ਕੀ ਹੁੰਦਾ ਠੀਕ ਹੈ ਨਸ਼ਾ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਵਾ ਦੱਸ ਦੇਣਾ ਉਹਦੇ ਬਾਰੇ ਅੱਗੇ ਤੇ ਜਿੰਨੇ ਮੈਨੂੰ ਆਂਸਰ ਪਤਾ ਹੋਣਗੇ ਮੈਂ ਤੁਹਾਨੂੰ ਦੱਸ ਦੂੰਗਾ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਆ ਠੀਕ ਆ ਸਭ ਤੋਂ ਛੋਟੀ ਇਕਾਈ ਕਿਹੜੀ ਆ ਤੁਹਾਨੂੰ ਪਤਾ ਹੀ ਹੋਊਗਾ ਕੀ ਆ ਨਾ ਕਊਗੀ ਉਹ ਸੈਕ ਆਊਟ ਕਰ ਕਿਹੜੀ ਨੇ ਸਾਰੇ ਕੁਐਸਚਨ ਦੇ ਆਂਸਰਸ ਮੈਨੂੰ ਕਮੈਂਟ ਕਰ ਦਿਓ ਕਿਉਂਕਿ ਆਪਾਂ ਬਾਕੀਆਂ ਦੀ ਹੈਲਪ ਕਰ ਸਕੀਏ ਨੈਕਸਟ ਆ ਜੂਜੀ 6 ਤੋਂ 10 ਮਨੋਵਿਗਿਆਨ ਵਿੱਚ ਵਿਅਕਤੀ ਦੇ ਡੈਸ਼ ਦਾ ਧਿਆਨ ਕੀਤਾ ਜਾਂਦਾ ਠੀਕ ਆ ਮਨ ਦਾ ਹੋਊਗਾ ਠੀਕ ਆ ਮਨੋਵਿਗਿਆਨ ਚ ਸੋ ਸਾਂਦਰਖੇਚਨ ਅਤੇ ਬਾਹਰਤ ਗੱਡਣ ਦੀ ਕਿਰਿਆ ਨੂੰ ਡੈਸ਼ ਕਹਿੰਦੇ ਆ ਠੀਕ ਆ ਪਰਾਣਾ ਨਿਆਂ ਪਤਾ ਨਹੀਂ ਕੀ ਕਹਿੰਦੇ ਆ ਯਾਰ ਦੇਖ ਲਿਓ ਪਰਾਣਾ ਨਿਆਂ ਮੈ ਇਦਾਂ ਹੀ ਕੁਛ ਹੁੰਦਾ ਰੋਜ਼ਾਨਾ ਕ੍ਰਿਸਤਨ ਕਾਹ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਠੀਕ ਹੈ ਤੰਦਰੁਸਤ ਤਾਜੂਏ ਤੇ ਸੰਤੁਲਨ ਭੋਜਨ ਵਿੱਚ ਸਾਰੇ ਹੀ ਤੱਤ ਪਾਈ ਜਾਂਦੇ ਹਨ ਠੀਕ ਹੈ ਪ੍ਰੋਟੀਨ ਦੇ ਤੱਤ ਹੋਣ ਜਾਂ ਫਿਰ ਇੱਥੇ ਕੋਈ ਵਧੀਆ ਤੱਤ ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਆਡੀਆਂ ਹੁੰਦੀਆਂ 206 ਜੀ ਮੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਨੈਕਸਟ ਦੇਖਦੇ ਆ ਇੱਕ ਆਮ ਵਿਅਕਤੀ ਨੂੰ ਹਫਤੇ ਵਿੱਚ ਘੱਟੋ ਘੱਟ 3 ਦਿਨ ਕਸਰਤ ਕਰਨੀ ਚਾਹੀਦੀ ਹੈ ਸੋ ਟਰੂ ਹੈ ਇਹਦਾ ਆਨਸਰ ਜਿਆਦਾ ਵੀ ਕਰ ਸਕਦੇ ਆ ਸੋ ਘੱਟੋ ਘੱਟ ਲਿਖੀ ਆ ਸੋ ਨੈਕਸਟ ਕਰਦੇ ਆ ਮੋਟਾਪਾ ਇੱਕ ਬਿਮਾਰੀ ਨਹੀਂ ਪਰ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਹਦਾ ਆਨਸਰ ਵੀ ਸਹੀ ਆ ਠੀਕ ਹੈ ਠੀਕ ਹੈ ਕਿੰਨੇ ਦਿਨ ਕਸਰਤ ਕਰਨੀ ਚਾਹੀਦੀ ਹੈ 3 3 ਦਿਨ ਕਰਨੀ ਚਾਹੀਦੀ ਹੈ ਹਫਤੇ ਚਲੋ ਆਪਾਂ ਵੀ ਕਰਿਆ ਕਰਾਂਗੇ ਨੈਕਸਟ ਦੇਖਦੇ ਆ ਲੋਡ ਤੋਂ ਜ਼ਿਆਦਾ ਇੰਟਰਨੈਟ ਦੀ ਵਰਤੋਂ ਕਰਨ ਨਾਲ ਸਰੀਰ ਕਿਤੇ ਮਾਨਸਿਕ ਪ੍ਰਭਾਵ ਤੇ ਬੁਰਾ ਅਸਰ ਪੈਂਦਾ ਹੈ ਜਿਵੇਂ ਮੈਨੂੰ ਪੈ ਰਿਹਾ ਹੈ ਮੇਰੇ ਡੇਲੇ ਖਰਾਬ ਹੋ ਰਹੇ ਨੇ ਸੋ ਸਹੀ ਆ ਜੀ ਇਹਦਾ ਆਨਸਰ ਜ਼ਿਆਦਾ ਸਕਰੀਨ ਜਾਂ ਜ਼ਿਆਦਾ ਨੈਟ ਉੱਤੇ ਦੇਖਣ ਨਾਲ ਸਾਡੀ ਸਰੀਰਕ ਤੇ ਮਾਨਸਿਕ ਤੇ ਬੁਰਾ ਅਸਰ ਪੈਂਦਾ ਆ ਕਿਸ਼ੋਰ ਅਵਸਥਾ ਨੂੰ ਤੂਫਾਨੀ ਉਮਰ ਵੀ ਕਹਿੰਦੇ ਨੇ ਸੋ ਇਹ ਤੁਸੀਂ ਚੈੱਕ ਆਊਟ ਕਰ ਲਿਓ ਬਾਕੀ ਤਾਂ ਮੈਨੂੰ ਸਹੀ ਲੱਗਣ ਡਿਆ ਵਾ ਤੂਫਾਨੀ ਬੋ ਐਂਡਾ ਸੋ ਨੈਕਸਟ ਕਰਦੇ ਆਂ ਜਿਸ ਭੋਜਨ ਵਿੱਚ ਸਾਰੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਉਸ ਭੋਜਨ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ ਸੋ ਇਹਦਾ ਆਨਸਰ ਆਪਾਂ ਕਹਿੰਦੇ ਹਾਂ ਜੀ ਰਾਈਟ ਨੈਕਸਟ ਆ ਜੂ ਜੀ ਬਹੁਪਾਂਤੀ ਅਪਰੇਸ਼ਨ ਠੀਕ ਹੈ ਬੋ ਆਬਜੈਕਟਿਵ ਟਾਈਪ ਪੇਸ਼ੈਂਟਸ ਜਿਵੇਂ ਤੁਸੀਂ ਦੇਖ ਸਕਦੇ ਹੋ ਨਿੱਜੀ ਸਫਾਈ ਕਿਹੜੀ ਨਹੀਂ ਆ ਠੀਕ ਹੈ ਸੋ ਦਵਾਰਾਂ ਦੀ ਸਫਾਈ ਆਪਣੀ ਸਫਾਈ ਆ ਦੰਦਾਂ ਦੀ ਸਫਾਈ ਆਪਣੀ ਆ ਠੀਕ ਹੈ ਕਚਰਾ ਮੜੀ ਦੀ ਸਫਾਈ ਆਪਣੀ ਆ ਸੋ ਇਹਦਾ ਆਨਸਰ ਆ ਜਾਊਗਾ ਜੀ ਆਲੇ ਦੁਆਲੇ ਦੀ ਸਫਾਈ ਨੀ ਦੀਤ ਵਾਈ ਨਹੀਂ ਹੈ ਨੈਕਸਟ ਜੋ ਜੀ ਅੰਤਰਰਾਸ਼ਟਰੀ ਯੋਗ ਦਿਵਸ ਕਦੋਂ ਮਨਾਇਆ ਜਾਂਦਾ ਠੀਕ ਹੈ ਸੋ ਕਦੋਂ ਮਨਾਇਆ ਜਾਂਦਾ ਜੀ 21 ਜੂਨ ਨੂੰ ਠੀਕ ਹੈ ਸੋ ਇਹਦੇ ਵਿੱਚ ਯੋਗ ਕਰਦੇ ਨੇ ਸਾਰੇ ਜਾਣੇ ਨੈਕਸਟ ਦੇਖਦੇ ਹਾਂ ਜੀ 10 ਟੀਮਾਂ ਵਾਲੇ ਨਾਕ ਆਊਟ ਟੂਰਨਾਮੈਂਟ ਵਿੱਚ ਕਿੰਨੀਆਂ 22 ਦਿੱਤੀਆਂ ਜਾਂਦੀਆਂ ਠੀਕ ਹੈ ਬਾਈ ਮਤਲਬ ਸਮਝ ਨਹੀਂ ਲੱਗੀ ਤੁਸੀਂ ਦੱਸਿਓ ਠੀਕ ਹੈ ਤੁਸੀਂ ਫਿਜ਼ੀਕਲ ਵਾਲਿਆਂ ਚਾਰ ਜਾਂ ਪੰਜ ਸੋ ਦੱਸ ਨੇ ਮੇਰੇ ਸਾਹਮਣੇ ਪੰਜ ਹੋ ਸਕਦਾ ਬਾਕੀ ਚੈੱਕ ਆਊਟ ਕਰ ਲਿਓ ਰਚਾਰ ਚਾਰ 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 ਰਚਾਤਮਕ ਠੀਕ ਹੈ ਸੋ ਮੈਂ ਫਸ ਗਿਆ ਸੀ ਕਿ ਵਿੱਚ ਆਟੋਨੋਮੀ ਵਿਗਿਆਨ ਕਿਸ ਦਾ ਧਿਆਨ ਕਰਦਾ ਠੀਕ ਹੈ ਸੋ ਰਚਾਤਮਕ ਮੇਰੇ ਸਾਹਮਣੇ ਅੱਖਾਂ ਦਾ ਕਰਦਾ ਹੋਊਗਾ ਕਿਉਂਕਿ ਮਨ ਦਾ ਮਨੋ ਵਿਗਿਆਨ ਠੀਕ ਹੈ ਸਰੀਰ ਦੀ ਬੰਤਰ ਹੋ ਸਕਦੀ ਹੈ ਜਾਂ ਸਰੀਰ ਦੀ ਕਿਰਿਆ ਤਾਂ ਨਹੀਂ ਹੋ ਸਕਦੀ ਮੇਰੇ ਸਾਹਮਣਾਂ ਸਰੀਰ ਦੀ ਬੰਤਰ ਜਾਂ ਫਿਰ ਅੱਖਾਂ ਦਾ ਹੋ ਸਕਦਾ ਚਲੋ ਕਰਦੇ ਹਾਂ ਨੈਕਸਟ ਤੇ ਇਸ ਵੀਡੀਓ ਤੇ ਆਪਾਂ ਬਹੁਤ ਕੱਟ ਲਾਈਕ ਮੰਗਾਗੇ ਇਸ ਵੀਡੀਓ ਚ ਜੇ ਤੁਸੀਂ 800 ਲਾਈਕ ਕਰਤਾ ਤੇ ਨਾਲ ਦੀ ਨਾਲ ਆਪਾਂ ਪੀਡੀਐਫ ਤੁਹਾਡੇ ਟੈਲੀਗ੍ਰਾਮ ਦੇ ਵਿੱਚ ਪਾ ਲਾਂਗੇ ਵੈਸੇ ਵੀ ਆਪਾਂ ਪਾਈ ਦਿੰਦੇ ਹਾਂ ਹੁੰਦੇ ਆ 6:00 7:00 ਵਜੇ ਤੱਕ ਬਾਕੀ ਤੁਸੀਂ 250 ਲਾਈਕ ਹੋਣੀ ਕਰਤਾ ਤਾਂ ਫਿਰ ਆਪਾਂ ਜਲਦੀ ਤੋਂ ਜਲਦੀ ਅਪਲੋਡ ਕਰ ਦਾਂਗੇ ਨੈਕਸਟ ਆਜੂਗਾ ਜੀ WHO ਤੋਂ ਕੀ ਪਾਵ ਹੈ ਵਰਲਡ ਵਰਲਡ ਹੈਲਥ ਆਰਗੇਨਾਈਜੇਸ਼ਨ ਨੈਕਸਟ ਆ ਜੀ ਟੂਰਨਾਮੈਂਟ ਤੋਂ ਕੀ ਪਾਵੈ ਟੂਰਨਾਮੈਂਟ ਜਿਹੜੇ ਹੁੰਦੇ ਆ ਠੀਕ ਹੈ ਬਾਕੀ ਸਾਡੀ ਬੁੱਕ ਤੇ ਵਧੀਆ ਲਿਖਿਆ ਹੋਊਗਾ ਟੂਰਨਾਮੈਂਟ ਬਾਰੇ ਨੈਕਸਟ ਆ ਜੀ ਸਿਹਤ ਸੰਬੰਧੀ ਦੋ ਉਪਾਅ ਠੀਕ ਹੈ ਦੋਸਤੋ ਦੋ ਪਾਲ ਲਿਖ ਦੇਣੇ ਆ ਇੱਕ ਤਾਂ ਕਸਰਤ ਕਰਿਆ ਕਰੋ ਠੀਕ ਹੈ ਸੰਤੁਲੇਤ ਭੋਜਨ ਖਾਓ ਬਹੁਤ ਵਧੀਆ ਨੈਕਸਟ ਕਰਦਿਆਂ ਜੀ ਕਿਸੇ ਖਿਡਾਰੀ ਵੱਲੋਂ ਨਸ਼ੇ ਕਰਨ ਦੇ ਕੋਈ ਦੋ ਕਾਰਨ ਠੀਕ ਹੈ ਖਿਡਾਰੀ ਨਸ਼ੇ ਕਿਉਂ ਕਰਦੀ ਆ ਠੀਕ ਹੈ ਇੱਕ ਤਾਂ ਜੇ ਕੋਈ ਟੀਮ ਹਾਰ ਜੇ ਠੀਕ ਹੈ ਜਾਂ ਉਹਦੇ ਤੇ ਕੋਈ ਪ੍ਰੈਸ਼ਰ ਹੋਵੇ ਤਾਂ ਉਹ ਨਸ਼ੇ ਕਰਦਾ ਜਾਂ ਫਿਰ ਉਹਦੀ ਬੁਰੀ ਸੰਗਤ ਠੀਕ ਹੈ ਜੋ ਦੇ ਨਾਲ ਦੇ ਖਿਡਾਰੀ ਆ ਜਾਂ ਫਿਰ ਉਹਨੂੰ ਕੋਈ ਬੁਰੀ ਸੰਗਤ ਵਿੱਚ ਪਾ ਦਿੰਦਾ ਵਾ ਤਾਂ ਉਹ ਬਣ ਜਾਂਦਾ ਜੀ ਇੱਕ ਨਸ਼ੇੜੀ ਨੈਕਸਟ ਕਰਦੇ ਆ ਜੀ ਪ੍ਰੇਰਨਾ ਤੋਂ ਕੀ ਭਾਵ ਹੈ ਠੀਕ ਹੈ ਪ੍ਰੇਰਨਾ ਤੁਹਾਡੀ ਕਲਾਸ ਵਾਲੀ ਦੀ ਸੋ ਇਹਦੇ ਚ ਆ ਜੂਗੀ ਜੀ ਆਪਣੀ ਮੋਟੀਵੇਸ਼ਨ ਠੀਕ ਹੈ ਪ੍ਰੇਰਨਾ ਤੋਂ ਕੀ ਪਾਵੇ ਮੋਟੀਵੇਸ਼ਨ ਤੋਂ ਕੀ ਪਾਵੇ ਠੀਕ ਹੈ ਕਿਸੇ ਨੂੰ ਦੇਖ ਕੇ ਸਾਨੂੰ ਮੋਟੀਵੇਸ਼ਨ ਆਦੀ ਹੈ ਠੀਕ ਹੈ ਸੋ ਉਹ ਤੋਂ ਕੀ ਪਾਵਾ ਇਹਦੇ ਵਿੱਚ ਤੁਸੀਂ ਲਿਖ ਦੇਣਾ ਸਫਾਈ ਨਾ ਰੱਖਣ ਦੇ ਨੁਕਸਾਨ ਲਿਖੋ ਠੀਕ ਹੈ ਤੁਸੀਂ ਬਿਮਾਰ ਪਾਉਂਗੇ ਵਗੈਰਾ ਵਗੈਰਾ ਠੀਕ ਹੈ ਸਫਾਈ ਨਾਲ ਰੱਖੋਗੇ ਤਾਂ ਲੋਕੀ ਥਾੜੇ ਤੋਂ ਕਰਨਗੇ ਸੋ ਇਹਦੇ ਵਿੱਚ ਇਹੀ ਪੁਆਇੰਟ ਆਣਗੇ ਨੈਕਸਟ ਆ ਜੀ ਆਪਣਾ ਟੂਰਨਾਮੈਂਟ ਕਿੰਨੇ ਪ੍ਰਕਾਰ ਕਿੰਨੇ ਤਰ੍ਹਾਂ ਦੇ ਹੁੰਦੇ ਆ ਨਾ ਲਿਖੋ ਠੀਕ ਹੈ ਇਹ ਵੀ ਤੁਹਾਨੂੰ ਮੈਂ ਕਿਹਾ ਸੀਗਾ ਨਾ ਟੂਰਨਾਮੈਂਟ ਚੈੱਕ ਆਊਟ ਕਰ ਲਿਓ 3D ਸਿੱਖਿਆ ਦੇ ਉਦੇਸ਼ ਕੀ ਜਿਹੜੇ ਹਨ ਸੋ ਇਹ ਮੈਂ ਸਕਰੀਨਸ਼ਾਟ ਮਾਰ ਰਿਹਾ ਸੀ ਇਹ ਤੁਹਾਨੂੰ ਦਿਖਾਉਣਾ ਜਿਵੇਂ ਤੁਸੀਂ ਦੇਖ ਸਕਦੇ ਹੋ 3D ਸਿੱਖਿਆ ਦੇ ਉਦੇਸ਼ ਜਿਵੇਂ ਪਹਿਲਾਂ ਹੀ ਦੱਸਿਆ ਚਾ ਚੁੱਕਾ ਹੈ ਕਿ ਇਹਦਾ ਅੰਤਿਮ ਨਿਸ਼ਾਨਾ ਜਿਸ ਦੀ ਪ੍ਰਾਪਤੀ ਉਦੇਸ਼ ਹੁੰਦੇ ਹਨ ਆਮ ਤੌਰ ਤੇ ਟੀਚਾ ਇੱਕ ਹੀ ਹੁੰਦਾ ਹੈ ਪਰ ਪ੍ਰਾਪਤ ਕਰਨ ਲਈ ਉਦੇਸ਼ ਅਨੇਕਾ ਹੋ ਸਕਦੇ ਆ ਠੀਕ ਹੈ ਇਹਦੇ ਅਨੇਕਾ ਉਦੇਸ਼ ਆ ਇਹ ਸਾਰਾ ਤੁਸੀਂ ਚੈੱਕ ਆਊਟ ਕਰ ਲਿਓ ਔਨ ਕਰ ਦਿਓ ਨੈਕਸਟ ਨੈਕਸਟ ਆ ਜੀ ਆਪਣਾ ਟੀਚੇ ਅਤੇ ਉਦੇਸ਼ ਵਿੱਚ ਅੰਤਰ ਦੱਸੋ ਟੀਚੇ ਹੁੰਦੇ ਆ ਜੀ ਆਪਣੇ ਗੋਲਸ ਤੇ ਉਦੇਸ਼ ਉਦੇਸ਼ ਮੀਨਸ ਜੋ ਆਪਾਂ ਕਰਨਾ ਚਾਹੁੰਦੇ ਆ ਠੀਕ ਹੈ ਸੋ ਉਹ ਆ ਜੂਗਾ ਜੀ ਇਹਨਾਂ ਚ ਅੰਤਰ ਦੱਸ ਦੇਣਾ ਵਾ ਕੀ ਹੁੰਦਾ ਵਾ ਸਰੀਰਿਕ ਸਰੀਰਿਕ ਕਿਰਿਆ ਵਿਗਿਆਨ ਫਿਜ਼ੀਓਲੋਜੀ ਤੋਂ ਕੀ ਪਾਵਾਂ ਠੀਕ ਹੈ ਸੋ ਇਹਦੇ ਵਿੱਚ ਤੁਸੀਂ ਦੱਸ ਦੇਣਾ ਵਾ ਅਸ਼ਟਾਂਗ ਯੋਗ ਦੇ ਨਾਮ ਲਿਖੋ ਠੀਕ ਹੈ ਸੋ ਚਲੋ ਦੇਖਦੇ ਆ ਸੋ ਇਹਦੇ ਵਿੱਚ ਕਿਹੜੇ ਕਿਹੜੇ ਯੋਗ ਹੁੰਦੇ ਆ ਇੱਕ ਤਾਂ ਹੁੰਦਾ ਜੀ ਯਮ ਨਿਯਮ ਆਸਣ ਪਨ ਪਾਣਾਯਾਮ ਠੀਕ ਹੈ ਇਹਦੇ ਵਿੱਚ ਮੇਰੀ ਗਰਾਡੀਅਰ ਦੀਆ ਪ੍ਰਤੀਹਾਰ ਧਾਰਨਾ ਧਿਆਨ ਸਮਾਧੀ ਠੀਕ ਹੈ ਇਹਦੇ ਵਿੱਚ 8 ਹੀ ਆ ਜਾਂਦੇ ਆ ਤੇ ਹੁਣ ਕਰਦੇ ਆ ਜੀ ਆਪਾਂ ਇੱਕ ਪੇਪਰ ਆਪਣੇ ਕੋਲ ਹੋਰ ਪਿਆਵਾ ਉਹ ਵੀ ਆਪਾਂ ਦੇਖਾਂਗੇ ਠੀਕ ਹੈ ਸੋ ਪਹਿਲਾਂ ਤਾਂ ਆ ਜੂਗਾ ਜੀ 5 ਨੰਬਰ ਇਹ ਕਾਦੇ ਨੇ ਯਾਰ ਚੈੱਕ ਆਊਟ ਕਰ ਲੈਂਦੋ ਸੌਰੀ 15 ਨੰਬਰ ਤਾਂ ਇਹਦੇ ਨੇ ਠੀਕ ਹੈ 3 ਕੁਐਸਚਨ ਸੌਰੀ 3 3 ਨੰਬਰਾਂ ਦੇ ਆਹ ਪੰਜ ਕੁਸ਼ਣ ਆ ਠੀਕ ਆ ਉਹਦੇ 15 ਨੰਬਰ ਆ ਤੇ ਉਸ ਤੋਂ ਬਾਅਦ ਆ ਜੂਜ ਭਾਗ ਸਸਾ ਨਾਕ ਆਊਟ ਟੂਰਨਾਮੈਂਟ ਕਰਵਾਉਣ ਲਈ 12 ਟੀਮਾਂ ਦਾ ਫਿਕਚਰ ਬਣਾਓ ਠੀਕ ਆ ਫਿਕਚਰ ਬਣਾਣਾ ਵਾ ਸੋ ਇੱਥੇ ਪੰਜ ਨੰਬਰਾਂ ਦੇ ਆ ਜੂਗੇ ਜਿਹੜੇ ਸਿਹਤ ਦੀਆਂ ਕਿਸਮਾਂ ਤੇ ਨੋਟ ਲਿਖੋ ਚਲੋ ਕਰਦੇ ਆ ਜੀ ਹੁਣ ਨੈਕਸਟ ਪੇਪਰ ਜਿਵੇਂ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਠੀਕ ਆ ਇਹ ਵੀ ਉਹੋ ਜਿਹਾ ਬਸ ਥੋੜਾ ਜਿਹਾ ਅਲੱਗ ਹੋਊਗਾ ਤੇ 11ਵੀਂ ਪ੍ਰੀਬੋਰਡ ਜਿਵੇਂ ਤੁਸੀਂ ਦੇਖ ਸਕਦੇ ਹੋ ਯੋਗਦਾਰਥ ਕੀ ਹੈ ਨਿਸ਼ਾ ਕੀ ਹੈ ਯੋਗ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਵਾ ਬਾਹਾਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਤੰਬਾਕੂ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਵਾ ਠੀਕ ਹੈ ਨੈਕਸਟ ਆ ਜੀ ਖਾਲੀ ਥਾਂ ਮਾ ਸਾਹ ਅੰਦਰ ਖਿੱਚਣਾ ਤੇ ਬਾਹਰ ਦੀ ਘੱਟਣ ਦੀ ਕਿਰਿਆ ਨੂੰ ਕੀ ਕਹਿੰਦੇ ਆ ਭਾਰਤ ਦੀ ਪ੍ਰਾਤਨ ਵਿਧੀ ਨੂੰ ਡੈਸ਼ ਕਿਹਾ ਜਾਂਦਾ ਵਾ ਠੀਕ ਹੈ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਵਾ ਡਿਪੋਮਿੰਗ ਦੀਆਂ ਡੈਸ਼ ਕਿਸਮਾਂ ਹੁੰਦੀਆਂ ਵਿਹਲੇ ਸਮੇਂ ਦੇ ਯੋਗ ਵਰਤੋਂ ਡੈਸ਼ ਵਿੱਚ ਭਾਗ ਲੈ ਕੇ ਕਰਨੀ ਚਾਹੀਦੀ ਹੈ ਸਿਹਤ ਗਲਤ ਦੀ ਚੋਣ ਕਰੋ ਠੀਕ ਹੈ ਸੰਤੁਲਿਤ ਭੋਜਨ ਸਾਰੇ ਪੋਸ਼ਟਿਕ ਤੱਤ ਹੁੰਦੇ ਆ ਠੀਕ ਹੈ ਇਹ ਸਾਰਾ ਕੁਝ ਦੇਖ ਲੈਣਾ ਅੰਤਰਰਾਸ਼ਟਰੀ ਯੋਗ ਆਪਾਂ ਇੱਕ ਗਲਤ ਆ ਜੀ ਠੀਕ ਹੈ ਜਿਵੇਂ ਆਪਾਂ ਕੀਤਾ ਸੀ ਤੇ ਇਹ ਸਾਰਾ ਕੁਝ ਚੈੱਕ ਆਊਟ ਕਰ ਲਿਓ ਤੇ ਤਾੜਾ ਸੰ ਕੱਦ ਲੰਬਾ ਕਰਦਾ ਹੈ ਸੋ ਇਹ ਵਾਲਾ ਦੇਖਿਓ ਯਾਰ ਮੈਂ ਹੋਰ ਕੱਦ ਲੰਬਾ ਕਰਨਾ ਜੇ ਤਾੜਾ ਅਸਨ ਕੱਦ ਲੰਬਾ ਕਰਦਾ ਹੈ ਨਾ ਸੋ ਮੈਂ ਇਹਨੂੰ ਦੱਸਿਓ ਮੈਂ ਆਪਣਾ ਕੱਦ ਲੰਬਾ ਕਰਨਾ ਹੈ ਮੈਨੂੰ ਬਸ 2 ਇੰਚ ਚਾਹੀਦੀ ਆ ਹਾਈਟ ਬਸ 2 ਇੰਚ ਹੋਰ ਨਹੀਂ ਚਾਹੀਦੀ ਬਾਬੇ ਨੇ ਬੋਰ ਹਾਈਟ ਦਿੱਤੀ ਆ ਨੈਕਸਟ ਦੇਖਦੇ ਆ ਨਿੱਜੀ ਸਫਾਈ ਵਿੱਚ ਕਿਹੜਾ ਨਹੀਂ ਹੈ ਠੀਕ ਹੈ ਵਾਲਾਂ ਦੀ ਸਫਾਈ ਆਦਾ ਪੱਕਾ ਹੀ ਲਿਆ ਸੀ ਨੈਕਸਟ ਹੈਗਾ ਜੀ ਇਹ ਵੀ ਉਹੀ ਆ ਠੀਕ ਹੈ ਯੋਗ ਦੀ ਸ਼ੁਰੂਆਤ ਕਿਸ ਦੇਸ਼ ਤੋਂ ਹੋਈ ਠੀਕ ਹੈ ਆਈ ਥਿੰਕ ਭਾਰਤ ਤੋਂ ਹੀ ਸੀਗੀ ਬਾਕੀ ਪਤਾ ਨਹੀਂ ਜੋੜਨੀਆਂ ਕਿੰਨੀਆਂ ਕਿਸਮਾਂ ਆਉਂਦੀਆਂ ਠੀਕ ਹੈ ਜੋੜਨੀਆਂ 2 4 ਕਿੰਨੀਆਂ ਕਿਸਮਾਂ ਦੀਆਂ ਆਈ ਡੋਨਟ ਨੋ ਸਵਾਰੇ ਕਿ ਕਸਰਾਂ ਤਾਂ ਕਿਹੜੀਆਂ ਹੁੰਦੀਆਂ ਠੀਕ ਹੈ ਤਾਲ ਤੇ ਨਾਚ ਨਾਚ ਤੇ ਗਾਵਣਾ ਕਰਾਟੇ ਤੇ ਬਾਕਸਿੰਗ ਹਾਕੀ ਤੇ ਫੁੱਟਬਾਲ ਚੈੱਕ ਆਊਟ ਕਰ ਲਿਓ ਨੈਕਸਟ ਆਜੂ ਜੀ ਬੀ ਨੰਬਰਾਂ ਦੇ ਕੁਐਸਚਨ ਟੂਰਨਾਮੈਂਟ ਤੋਂ ਤੁਹਾਡੇ ਕੀ ਪਾਵੈ ਸਰੀਰ ਰਚਨਾ ਵਿਗਿਆਨ ਤੋਂ ਤੁਹਾਡੇ ਕੀ ਪਾਵੈ ਸਵੈ ਨਖਰੰਦੇ ਉਹੀ ਆ ਯਾਰ ਜ਼ਿਆਦਾਤਰ ਕੁਐਸਚਨ ਮਨੋਰੰਜਨ ਕਿਰਿਆਵਾਂ ਕਿਹੜੀਆਂ ਹੁੰਦੀਆਂ ਠੀਕ ਹੈ ਸੋ ਇਹ ਸਾਰਾ ਕੁਝ ਚੈੱਕ ਆਊਟ ਕਰ ਲਿਓ ਹਣਾ ਸੋ ਇਹ ਦੇਖ ਲਓ ਹੁਣ ਸਰੀਰੀ ਸਿੱਖਿਆ ਦੇ ਉਦੇਸ਼ ਕਿਹੜੇ ਹਨ ਅਸ਼ਟਾਂਗ ਯੋਗ ਦੇ ਅੰਗਾਂ ਦੇ ਨਾਂ ਦੱਸੋ ਟਰਨਮੈਂਟ ਕਰਵਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਯੋਗ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸ਼ਰਾਬ ਕੀ ਹੈ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵ ਦਾ ਮਾੜਾ ਪ੍ਰਭਾਵ ਦੱਸਣਾ ਤੁਹਾਨੂੰ ਪਤਾ ਹੀ ਹੋਊਗਾ ਕੀ ਆ ਜੀ ਯਾਦਦਾਸ਼ਤ ਭੁੱਲਣ ਲਾਇ ਜਾਂਦੀ ਹੈ ਨਾਕਆਊਟ ਟਰਨਮੈਂਟ ਲਈ 14 ਟੀਮਾਂ ਦਾ ਫਿਕਚਰ ਬਣਾਓ ਠੀਕ ਹੈ ਨੈਕਸਟ ਹੈਗਾ ਜੀ ਨਸ਼ੇ ਕਰਨ ਦੇ ਕਿਹੜੇ ਕਿਹੜੇ ਨੁਕਸਾਨ ਕਿਹੜੇ ਕਿਹੜੇ ਕਾਰਨ ਹੁੰਦੇ ਹਨ ਵਿਸਤਾਰਪੂਰਵਕ ਲਿਖੋ ਸੋ ਸਾਰਾ ਕੁਐਸਚਨ ਇਹ ਥੋੜਾ ਥੋੜਾ ਸੇਮ ਹੀ ਸਿਮਿਲਰ ਸੀਗਾ ਛੋੜੇ ਮੋਟੇ ਕੁਐਸਚਨ ਅਲੱਗ ਸੀਗੇ ਤੇ ਇੱਥੇ ਵੀਡੀਓ ਆਪਣੀ ਖਤਮ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਚਲੋ ਦੋਸਤੋ ਚੰਗਾ ਬਾਏ